ਦੋ ਮਿੰਟ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਮੂਹ ਵਰਕਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਪੋਸ਼ਨ ਟਰੈਕਰ ਐਪ ਤੇ ਹੁਣ ਆਪਾਂ ਜਿਹੜੀ ਆਪਣੇ ਸੈਂਟਰ ਦੀ ਫੋਟੋ ਵੀ ਅਪਲੋਡ ਕਰਨੀ ਹੈ ਉਹਦੇ ਵਿੱਚ ਤੁਸੀਂ ਮੰਨ ਲਓ ਬੱਚਿਆਂ ਦੇ ਬੈਠਿਆਂ ਕੋਈ ਐਕਟੀਵਿਟੀ ਕਰਵਾਉਂਦਿਆਂ ਦੀ ਫੋਟੋ ਕਰ ਸਕਦੇ ਆ ਤੇ ਗਿਣਤੀ ਵਧੀਆ ਹੋਣੀ ਚਾਹੀਦੀ ਹੈ ਬੱਚਿਆਂ ਦੀ ਉਹਦੇ ਆਸਤੇ ਸਭ ਤੋਂ ਪਹਿਲਾਂ ਤੁਸੀਂ ਕੀ ਪੋਸ਼ਨ ਟਰੈਕਰ ਨੂੰ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਤੁਸੀਂ ਜਾਣਾ ਆਪਣੇ ਜੇ ਤਾਂ ਤੁਸੀਂ ਵੈਸੇ ਤਾਂ ਜਦੋਂ ਆਪਾਂ ਓਪਨ ਕਰਦੇ ਆ ਸੌਫਟਵੇਅਰ ਨੂੰ ਤਾਂ ਸ਼ੁਰੂ ਦੇ ਵਿੱਚ ਹੀ ਡੇਲੀ ਟਰੈਕਿੰਗ ਵਾਲੀਆਂ ਆਪਸ਼ਨਾਂ ਸ਼ੋ ਹੋ ਜਾਂਦੀਆਂ ਪਰ ਜੇ ਤੁਸੀਂ ਮੰਨ ਲਓ ਡੇਲੀ ਟਰੈਕਿੰਗ ਵਾਲੀਆਂ ਆਪਸ਼ਨਾਂ ਹੁਣ ਕਰ ਚੁੱਕੇ ਆ ਸੈਂਟਰ ਨੂੰ ਓਪਨ ਕਰ ਚੁੱਕੇ ਆ ਤਾਂ ਸਿਰਫ ਫੋਟੋ ਵਾਲਾ ਤੁਹਾਡਾ ਰਹਿੰਦਾ ਤਾਂ ਫਿਰ ਤੁਸੀਂ ਡੇਲੀ ਟਰੈਕਿੰਗ ਤੇ ਦੁਬਾਰਾ ਚਲੇ ਜਾਣਾ ਡੇਲੀ ਟਰੈਕਿੰਗ ਤੇ ਜਾ ਕੇ ਦੇਖੋ ਤੁਹਾਡੇ ਜਿਹੜਾ ਅੰਗਣਵਾੜੀ ਸੈਂਟਰ ਦਾ ਸਟੇਟਸ ਓਪਨ ਆ ਗਿਆ ਹੁਣ ਇੱਥੇ ਤੁਹਾਡੇ ਕੋਲੇ ਆਪਸ਼ਨ ਆਉਂਦੀ ਪਈ ਹੈ ਏਡਬਲਯੂਸੀ ਫੋਟੋ ਹੁਣ ਇੱਥੇ ਤੁਸੀਂ ਫੋਟੋ ਹੈ ਜਿਹੜੀ ਕੈਪਚਰ ਨਹੀਂ ਕੀਤੀ ਤਾਂ ਤੁਸੀਂ ਇੰਦੇ ਤੇ ਕਲਿੱਕ ਕਰਕੇ ਫੋਟੋ ਨੂੰ ਕੈਪਚਰ ਕਰ ਸਕਦੇ ਆ ਕੈਪਚਰ ਕਰਨ ਤੇ ਤੁਹਾਡੇ ਕੋਲੇ ਇਹ ਵਾਲੀ ਆਪਸ਼ਨ ਆ ਜੂਗੀ ਇੱਥੇ ਕੈਮਰੇ ਤੇ ਕਲਿੱਕ ਕਰਕੇ ਪਹਿਲੀ ਵਾਰੀ ਜਦੋਂ ਆਪਾਂ ਇਹਨੂੰ ਕਲਿੱਕ ਕਰਾਂਗੇ ਫੋਟੋ ਨੂੰ ਤੇ ਆਪਣੇ ਤੋਂ ਫੋਨ ਹੈ ਜਿਹੜਾ ਉਹ ਪਰਮਿਸ਼ਨ ਮੰਗੂਗਾ ਵੀ ਤੁਸੀਂ ਇਹਨੂੰ ਕਰ ਸਕਦੇ ਹੋ ਰਿਕਾਰਡ ਪਿਕਚਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਵਾਈਲ ਯੂジング ਐਪ ਕਰ ਸਕਦੇ ਆ ਕਲਿੱਕ ਕਰਕੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੈਮਰਾ ਹੈ ਉਹ ਆਨ ਹੋ ਜਾਊਗਾ ਆਨ ਹੋਣ ਤੋਂ ਬਾਅਦ ਤੁਸੀਂ ਇੱਥੇ ਫੋਟੋ ਕਲਿੱਕ ਕਰਕੇ ਤੇ ਉਸ ਤੋਂ ਬਾਅਦ ਇਹਨੂੰ ਓਕੇ ਕਰਕੇ ਇਧਰ ਤੁਸੀਂ ਇਹਨੂੰ ਅਪਲੋਡ ਕਰ ਸਕਦੇ ਆ ਇਥੋਂ ਸਬਮਿਟ ਕਰ ਦੋਗੇ ਤਾਂ ਇਹ ਫੋਟੋ ਤੁਹਾਡੀ ਅਪਲੋਡ ਹੋ ਜਾਊਗੀ ਇਸ ਤਰ੍ਹਾਂ ਹੁਣ ਇਹ ਜਿਹੜੀ ਐਕਟੀਵਿਟੀ ਹੈ ਆਪਾਂ ਡੇਲੀ ਕਰਨੀ ਹੈ ਔਰ ਜਾਨਣਾ ਤੁਸੀਂ ਇਹ ਵਾਲੀ ਐਕਟੀਵਿਟੀ ਕਰਿਆ ਕਰਨੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਪੋਸ਼ਨ ਟਰੈਕਰ ਦੇ ਉੱਪਰ ਜਿਹੜੀ ਫੋਟੋ ਸੈਂਟਰ ਦੀ ਅਪਲੋਡ ਕਰਨੇ ਸ਼ੁਰੂ ਕਰ ਦਿਓ ਧੰਨਵਾਦ